Mr. Singh Productions presents Guru Swari Sahib Sangat Ji Sade baithe ne Manjog Chawla Sahib Bhai Harjeet Singh Ji Doaba Lehar Bahir Jinna De Naal Chal Rahi Hai ਉਹਨਾਂ ਦਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਸਾਰੇ ਕਵੀਆਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਆਪ ਜੀ ਅੱਗੇ ਬਹੁਤ ਛੋਟੀ ਜੀ ਕਵਿਤਾ ਕਹਿਣੀ ਹੈ ਟਾਈਮ ਬਹੁਤ ਥੋੜ੍ਹਾ ਹੈ ਇੰਨੀ ਗੱਲ ਮੈਂ ਜ਼ਰੂਰ ਕਹਾਂਗਾ ਇੱਕ ਹੁੰਦੀ ਹੈ ਕਵਿਤਾ ਅਤੇ ਇੱਕ ਹੁੰਦੀ ਹੈ ਸ਼ਾਇਰੀ ਮੈਂ ਤੁਹਾਨੂੰ ਸ਼ਾਇਰੀ ਨਾਲ ਕੀਲਣਾ ਹੈ ਕਵਿਤਾ ਭਾਵੇਂ ਨਾ ਹੀ ਕਹਾਂ ਸ਼ਾਇਰੀ ਅਤੇ ਕਵਿਤਾ 'ਚ ਫਰਕ ਹੈ ਸੁਣਨਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਉਸ ਤੋਂ ਇੱਕ ਸ਼ੇਰ ਕਵਾਂਗਾ ਉਸ ਤੋਂ ਬਾਅਦ ਦੋ ਤਿੰਨ ਚਾਰ ਰਵਾਈਆਂ ਕਹਿ ਕੇ ਛੁੱਟੀ ਕਰਾਂਗਾ ਛੋਟੀ ਜੀ ਬੱਚੀ ਹੈ ਸਤਸੰਗਤ ਜੀ ਆਪਣੀ ਮਾਤਾ ਨੂੰ ਕਹਿੰਦੀ ਹੈ ਕਿ ਮੈਂ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਹੈ ਕਹਿੰਦੇ ਨੇ ਸਿੱਖ ਜਿਹੜਾ ਬਾਣੀ ਬਗੈਰ ਨਹੀਂ ਰਹਿੰਦਾ ਮਛਲੀ ਪਾਣੀ ਬਗੈਰ ਨਹੀਂ ਰਹਿੰਦੀ ਗੱਲ ਹੀ ਨਹੀਂ ਕਿਹਾ ਮੈਂ ਸੁਣਿਆ ਮੰਮੀ ਜੀ ਕਹਿਣ ਲੋਕੀ ਮਛਲੀ ਪਾਣੀ ਬਗੈਰ ਨਹੀਂ ਰਹਿ ਸਕਦੀ ਮੈਂ ਸੁਣਿਆ ਮੰਮੀ ਜੀ ਕਹਿਣ ਲੋਕੀ ਮਛਲੀ ਪਾਣੀ ਬਗੈਰ ਨਹੀਂ ਰਹਿ ਸਕਦੀ ਚਾਚੀ ਤਾਈ ਕੋਈ ਕਿੰਨੀ ਵੀ ਹੋਵੇ ਚੰਗੀ ਪਰ ਉਹ ਮਾਂ ਦੀ ਥਾਂ ਨਹੀਂ ਲੈ ਸਕਦੀ ਚਾਚੀ ਤਾਈ ਕੋਈ ਕਿੰਨੀ ਵੀ ਹੋਵੇ ਚੰਗੀ ਪਰ ਉਹ ਮਾਂ ਦੀ ਥਾਂ ਨਹੀਂ ਲੈ ਸਕਦੀ ਐਵੇਂ ਥਾਂ ਥਾਂ ਭਟਕਦੀ ਫਿਰੇ ਦੁਨੀਆ ਜਿਹੜੀ ਟਿਕ ਕੇ ਕਿਤੇ ਨਹੀਂ ਬਹਿ ਸਕਦੀ ਗੁਰੂ ਗ੍ਰੰਥ ਤੋਂ ਪਈ ਨਹੀਂ ਖੈਰ ਜਿਹਨੂੰ ਉਹਨੂੰ ਕਿਤਿਓਂ ਵੀ ਖੈਰ ਨਹੀਂ ਪੈ ਸਕਦੀ ਮਾਂ ਦੀ ਗੱਲ ਛੋਟੀ ਜਿਹੀ ਗੱਲ ਸਾਰੀ ਜ਼ਿੰਦਗੀ ਦਾ ਫਲਸਫਾ ਤੁਹਾਡੇ ਸਾਹਮਣੇ ਰੱਖਣ ਲੱਗਾ ਹਾਂ ਨਿੱਕੇ ਹੁੰਦਿਆਂ ਲੜਦੇ ਸਾਂ ਮਾਂ ਮੇਰੀ ਹੈ ਮਾਂ ਮੇਰੀ ਹੈ ਨਿੱਕੇ ਹੁੰਦਿਆਂ ਲੜਦੇ ਸਾਂ ਮਾਂ ਮੇਰੀ ਹੈ ਮਾਂ ਮੇਰੀ ਹੈ ਵੱਡੇ ਹੋ ਕੇ ਲੜਦੇ ਹਾਂ ਮਾਂ ਤੇਰੀ ਹੈ ਮਾਂ ਤੇਰੀ ਹੈ ਮਾਂ ਦੀ ਗੋਦ ਤੋਂ ਨਿੱਘੀ ਕੋਈ ਵੀ ਥਾਂ ਨਹੀਂ ਹੁੰਦੀ ਪੁੱਤਰ ਜਾਨ ਵੀ ਮੰਗੇ ਮਾਂ ਤੋਂ ਨਾ ਨਹੀਂ ਹੁੰਦੀ ਪੁੱਤਰ ਜਾਨ ਵੀ ਮੰਗੇ ਮਾਂ ਤੋਂ ਨਾ ਨਹੀਂ ਹੁੰਦੀ ਸੇਵਾ ਮਾਂ ਦੀ ਕਰ ਰੋਏ ਮੌਕਾ ਫੇਰ ਨਹੀਂ ਮਿਲਣਾ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੀ ਮਾਂ ਨਹੀਂ ਹੁੰਦੀ ਅਗਲਾ ਸ਼ੇਰ ਸੁਣਨਾ ਸਤਸੰਗ ਜੀ ਦੇਖਣਾ ਨਿਗਾਹਾਂ ਫੇਰ ਲੈਂਦੇ ਨੇ ਹਮ ਸਫ਼ਰ ਬਦਲ ਜਾਂਦੇ ਨੇ ਅਮਰ ਜੀ ਨਿਗਾਹਾਂ ਫੇਰ ਲੈਂਦੇ ਨੇ ਹਮ ਸਫ਼ਰ ਬਦਲ ਜਾਂਦੇ ਨੇ ਇਹ ਮੋਮਨ ਬਦਲ ਜਾਂਦੇ ਨੇ ਕਾਫਰ ਬਦਲ ਜਾਂਦੇ ਨੇ ਇਹ ਮੋਮਨ ਬਦਲ ਜਾਂਦੇ ਨੇ ਇਹ ਕਾਫਰ ਬਦਲ ਜਾਂਦੇ ਨੇ ਮੁਸੀਬਤ ਪੈਣ ਦੇ ਵੇਲੇ ਇਹ ਰਿਸ਼ਤੇ ਬਦਲਦੇ ਇੱਦਾਂ ਕਿ ਗੱਡੀ ਖੜਦਿਆਂ ਹੀ ਜਿੱਦਾਂ ਮੁਸਾਫਰ ਬਦਲ ਜਾਂਦੇ ਨੇ ਇੱਕ ਸ਼ੇਰ ਹੋਰ ਇਸ ਦਰਬਾਰ ਦੇ ਵਿੱਚ ਆਣ ਕੇ ਨੀਵੇਂ ਹੋ ਕੇ ਧੌਣ ਚੁਕਾ ਕੇ ਸੇਵਾ ਕਰਕੇ ਸਭ ਕੁਝ ਮਿਲ ਜਾਂਦਾ ਝੋਲੀਆਂ ਭਰ ਕੇ ਲੈ ਜਾਂਦੇ ਇੱਥੇ ਦੁੱਧ ਮਿਲਦਾ ਹੈ ਪੁੱਤ ਮਿਲਦਾ ਹੈ ਜਿਨ੍ਹਾਂ ਨੂੰ ਮਿਲੇ ਉਹਨਾਂ ਨੂੰ ਪਤਾ ਹੈ ਸਤਸੰਗ ਜੀ ਆਪਾਂ ਵੀ ਇਸ ਦਰਬਾਰ ਵਿੱਚੋਂ ਲੈਣਾ ਹੈ ਅਤੇ ਸ਼ੇਰ ਕਹਿ ਰਿਹਾ ਹਾਂ ਕਿ ਮਿਹਨਤ ਕਰਕੇ ਆਪਣੀ ਕਿਸਮਤ ਆਪ ਬਣਾਉਣੀ ਪੈਂਦੀ ਹੈ ਮਿਹਨਤ ਕਰਕੇ ਆਪਣੀ ਕਿਸਮਤ ਆਪ ਬਣਾਉਣੀ ਪੈਂਦੀ ਹੈ ਕੋਠੇ ਉੱਤੇ ਚੜ੍ਹਨ ਵਾਸਤੇ ਪੌੜੀ ਲਾਉਣੀ ਪੈਂਦੀ ਹੈ ਕੋਠੇ ਉੱਤੇ ਚੜ੍ਹਨ ਵਾਸਤੇ ਪੌੜੀ ਲਾਉਣੀ ਪੈਂਦੀ ਹੈ ਆਕੜ ਕਰਕੇ ਕੁਝ ਨਹੀਂ ਮਿਲਦਾ ਆਕੜ ਕਰਕੇ ਕੁਝ ਨਹੀਂ ਮਿਲਦਾ ਕਹਿੰਦਾ ਸ਼ਹਿਰ ਦੀਵਾਨਾ ਹੈ ਗਲ ਵਿੱਚ ਹਾਰ ਪਵਾਉਣ ਲਈ ਵੀ ਧੌਣ ਚੁਕਾਉਣੀ ਪੈਂਦੀ ਹੈ ਆਖਰੀ ਬਾਈ ਆਖਰੀ ਸ਼ੇਰ ਕਹਿ ਰਿਹਾ ਹਾਂ ਸਤਸੰਗ ਜੀ ਕੈਂਚੀ ਦਾ ਕੰਮ ਕੱਟਣਾ ਹੁੰਦਾ ਸੂਈ ਦਾ ਕੰਮ ਸੀਣਾ ਹੁੰਦਾ ਕੈਂਚੀ ਦਾ ਕੰਮ ਕੱਟਣਾ ਹੁੰਦਾ ਸੂਈ ਦਾ ਕੰਮ ਸੀਣਾ ਹੁੰਦਾ
ਮਾਲਕ ਦਾ ਕੰਮ ਦਾਣੇ ਪਾਉਣਾ, ਚੱਕੀ ਦਾ ਕੰਮ ਪੀਣਾ ਹੁੰਦਾ। ਮਾਲਕ ਦਾ ਕੰਮ ਦਾਣੇ ਪਾਉਣਾ, ਚੱਕੀ ਦਾ ਕੰਮ ਪੀਣਾ ਹੁੰਦਾ ਹੈ। ਸਾਰੀ ਉਮਰ ਦੀਵਾਨਾ ਲੰਘ ਗਈ, ਤੈਨੂੰ ਹਾਲੇ ਪਤਾ ਨਹੀਂ ਲੱਗਾ। ਸਾਰੀ ਉਮਰ ਦੀਵਾਨਾ ਲੰਘ ਗਈ, ਤੈਨੂੰ ਹਾਲੇ ਪਤਾ ਨਹੀਂ ਲੱਗਾ। ਉਹ ਬੰਦਾ ਸੱਪ ਵਰਗਾ ਹੁੰਦਾ ਹੈ ਜਿਹੜਾ ਬੰਦਾ ਮੀਣਾ ਹੁੰਦਾ ਹੈ। ਉਹ ਬੰਦਾ ਸੱਪ ਵਰਗਾ ਹੁੰਦਾ ਹੈ ਜਿਹੜਾ ਬੰਦਾ ਮੀਣਾ ਹੁੰਦਾ ਹੈ। ਤੋ ਆਖਰੀ ਬਾਤ, ਕੁਝ ਲੋਕ ਐਸੇ ਜੋ ਕਿਸੇ ਲਈ ਗੈਰ ਨਹੀਂ ਹੁੰਦੇ। ਚਾਵਲਾ ਸੁਣਨ ਵਾਲੀ ਗੱਲ, ਕੁਝ ਲੋਕ ਐਸੇ ਜੋ ਕਿਸੇ ਲਈ ਗੈਰ ਨਹੀਂ ਹੁੰਦੇ, ਕੁਝ ਆਪਣੇ ਆਪਣੇ ਦੀ ਮੰਗਦੇ ਖੈਰ ਨਹੀਂ ਹੁੰਦੇ, ਕੁਝ ਆਪਣੇ ਆਪਣੇ ਦੀ ਮੰਗਦੇ ਖੈਰ ਨਹੀਂ ਹੁੰਦੇ। ਨਾ ਕਰ ਮਾਣ ਪੈਰਾਂ 'ਤੇ ਜੇ ਰੱਬ ਨੇ ਪੈਰ ਨੇ ਦਿੱਤੇ, ਨਾ ਕਰ ਮਾਣ ਪੈਰਾਂ 'ਤੇ ਜੇ ਰੱਬ ਨੇ ਪੈਰ ਨੇ ਦਿੱਤੇ। ਉਹ ਸਫ਼ਰ ਤਾਂ ਉਹ ਵੀ ਕੱਟ ਲੈਂਦੇ ਜਿਨ੍ਹਾਂ ਦੇ ਪੈਰ ਨਹੀਂ ਹੁੰਦੇ, ਸਫ਼ਰ ਤਾਂ ਉਹ ਵੀ ਕੱਟ ਲੈਂਦੇ ਜਿਨ੍ਹਾਂ ਦੇ ਪੈਰ ਨਹੀਂ ਹੁੰਦੇ। ਸਾਧ ਸੰਗਤ ਜੀ, ਗੱਜ ਕੇ ਬੁਲਾਇਓ ਫਤਿਹ, ਮੈਂ ਵੀ ਜਾ ਕੇ ਆਪਣੇ ਬੱਚਿਆਂ 'ਚ ਕਹੂੰ ਕੁਝ ਲੈ ਕੇ ਆਇਆ ਸੁਲਤਾਨਪੁਰ ਦੇ ਦਰਬਾਰ 'ਚੋਂ। ਗੱਜ ਕੇ ਬੁਲਾ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।